ਅਸਲਾਮ ਅਲੈਕਮ ਦੋਸਤੋ, ਮੈਂ ਤੁਹਾਡਾ ਆਪਣਾ ਸਰਵ ਸਵਾਗਤ ਹੈ ਤੁਹਾਡਾ ਸਭ ਦੋਸਤਾਂ ਦਾ ਫਕੀਰੀ ਰੰਗ ਚੈਨਲ ਦੇ ਵਿੱਚ। ਹਰ ਰੋਜ਼ ਦੀ ਤਰ੍ਹਾਂ ਅੱਜ ਫਿਰ ਇੱਕ ਨਵਾਂ ਕਿੱਸਾ, ਇੱਕ ਨਵਾਂ ਵਾਕਿਆ, ਇੱਕ ਨਵਾਂ ਕੌਤਕ ਸਰਕਾਰਾਂ ਦੀ ਜੀਵਨੀ ਦੇ ਵਿੱਚ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੀ। ਆਸ ਕਰਾਂਗਾ ਕਿ ਆਪ ਸਭ ਨੂੰ ਇਹ ਕੌਤਕ, ਇਹ ਨਵਾਂ ਰੰਗ ਬਹੁਤ ਪਸੰਦ ਆਵੇਗਾ। ਅੱਜ ਦਾ ਜੋ ਕਿੱਸਾ ਹੈ ਉਹ ਸਰਕਾਰ ਹਜ਼ਰਤ ਪੀਰ ਮੀਰ ਗੌਸ ਪਾਕ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਹੈ ਜੀ। ਉਹਨਾਂ ਦੇ ਜੀਵਨ ਦੇ ਵਿੱਚ ਕੁਝ ਅੰਸ਼ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਜੀ। ਤੋ ਇੱਕ ਗੁਜ਼ਾਰਿਸ਼ ਹੈ ਉਹਨਾਂ ਦੋਸਤਾਂ ਨੂੰ ਜੋ ਇਸ ਚੈਨਲ ਦੇ ਨਾਲ ਨਵੇਂ ਜੁੜੇ ਨੇ, ਉਹ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਜੀ, ਕਿਉਂਕਿ ਅਸੀਂ ਪੀਰਾਂ ਫਕੀਰਾਂ ਦੇ ਨਾਲ ਸੰਬੰਧਿਤ ਜੋ ਹਿਸਟਰੀ ਹੈ ਉਹਨਾਂ ਦੀ, ਉਹਨਾਂ ਦੇ ਕੌਤਕ ਹਨ, ਉਹਨਾਂ ਦੇ ਜੀਵਨ ਦੇ ਵਿੱਚ ਕੁਝ ਨੁਕਤੇ ਜੋ ਜੀਵਨ ਨੂੰ ਸਿੱਧੇ ਰਸਤੇ 'ਤੇ ਪਾਉਣ ਲਈ ਸਾਨੂੰ ਮਿਲਦੇ ਹਨ, ਆਪ ਜੀ ਨਾਲ ਸਾਂਝੇ ਕਰਦੇ ਰਹਿੰਦੇ ਹਾਂ ਜੀ। ਤੋ ਆਓ ਕਿੱਸੇ ਵੱਲ ਚੱਲਦੇ ਹਾਂ। ਕਹਿੰਦੇ ਇੱਕ ਵਾਰੀ ਕੀ ਹੋਇਆ ਕਿ ਬਗਦਾਦ ਸ਼ਹਿਰ ਦੇ ਵਿੱਚ ਕਾਲ ਪੈ ਗਿਆ, ਲੋਕਾਂ ਨੂੰ ਖਾਣ ਦੇ ਲਈ ਕੁਝ ਨਹੀਂ ਮਿਲ ਰਿਹਾ ਸੀ, ਭੁੱਖਮਰੀ ਪੈ ਗਈ। ਤੋ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਭੁੱਖਮਰੀ ਵੱਧ ਗਈ ਕਿ ਜੇ ਉਹ ਕਿਤੇ ਦੁਕਾਨ 'ਤੇ ਜਾਂ ਕਿਤੇ ਬਾਜ਼ਾਰ ਦੇ ਵਿੱਚ ਵੀ ਕੁਝ ਲੈਣ ਜਾਂਦੇ ਅਤੇ ਉਹਨਾਂ ਨੂੰ ਕੁਝ ਨਾ ਮਿਲਦਾ। ਤੋ ਇੱਕ ਬੀਬੀ ਜੋ ਕਿ ਉਹਦੇ ਬੱਚੇ ਬਹੁਤ ਭੁੱਖ ਦੇ ਨਾਲ ਤੜਫ ਰਹੇ ਨੇ, ਉਹ ਹਜ਼ਰਤ ਪੀਰ ਮੀਰਾਂ ਗੌਸ ਪਾਕ ਜੀ ਦੇ ਦਰਬਾਰ 'ਤੇ ਜਾ ਕੇ ਅਰਜ਼ ਕਰਦੀ ਹੈ ਕਿ ਸਰਕਾਰ, ਮੈਂ ਤੁਹਾਡੇ ਦਰਬਾਰ 'ਤੇ ਆਈ ਹਾਂ, ਮੇਰੀ ਇੱਕ ਅਰਜ਼ ਸੁਣ ਲਓ। ਮੇਰੇ ਦੋ ਬੱਚੇ ਨੇ, ਬਹੁਤ ਭੁੱਖੇ ਨੇ, ਉਹਨਾਂ ਨੂੰ ਖਾਣ ਦੇ ਲਈ ਕੁਝ ਵੀ ਨਹੀਂ ਹੈ, ਮੈਂ ਦੱਸੋ ਕਿੱਥੋਂ ਖਾਣ ਨੂੰ ਉਹਨਾਂ ਨੂੰ ਦੇਵਾਂ। ਉਹ ਮੈਨੂੰ ਪੁਕਾਰ ਕਰ ਰਹੇ ਨੇ ਕਿ ਮਾਂ ਸਾਨੂੰ ਕੁਝ ਖਾਣ ਨੂੰ ਦੇ। ਤੋ ਸਰਕਾਰ ਕਹਿੰਦੇ ਠੀਕ ਹੈ ਬੀਬੀ ਬੈਠੋ। ਤੋ ਸਰਕਾਰ ਨੇ ਕੁਝ ਟਾਈਮ ਸੋਚਿਆ, ਆਪ ਅੰਦਰ ਗਏ ਆਪਣੇ ਹੁਜਰੇ ਦੇ ਵਿੱਚ। ਉੱਥੋਂ ਇੱਕ ਮੁੱਠ ਦਾਣਿਆਂ ਦੀ ਲੈ ਕੇ ਆਉਂਦੀ, ਕਹਿੰਦੇ ਬੀਬੀ ਜਾ ਇੱਕ ਮੁੱਠ ਦਾਣਿਆਂ ਦੀ ਲੈ ਜਾ, ਆਪਣੇ ਘਰ ਦੇ ਡਰੰਮ ਦੇ ਵਿੱਚ ਪਾ ਦੇ। ਉੱਪਰ ਢੱਕਣ ਬੰਦ ਕਰਦੀ, ਥੱਲਿਓਂ ਡਰੰਮ ਦੇ ਵਿੱਚੋਂ ਕੱਢੀ ਜਾਇਓ, ਜਿੰਨਾ ਟਾਈਮ ਮਰਜ਼ੀ ਕੱਢੀ ਜਾਇਓ ਦਾਣੇ, ਉਹ 'ਚ ਕਦੀ ਵੀ ਦਾਣੇ ਨਹੀਂ ਮੁੱਕਣਗੇ। ਤੋ ਉਹ ਬੀਬੀ ਇਹ ਦੇਖ ਕੀਤਾ, ਘਰ ਜਾ ਕੇ ਉਹ ਦਾਣੇ ਡਰੰਮ ਦੇ ਵਿੱਚ ਪਾ ਕੇ ਉੱਥੇ ਨਾਲ ਢੱਕਣ ਬੰਦ ਕੀਤਾ, ਥੱਲਿਓਂ ਦੇ ਡਰੰਮ ਦੇ ਵਿੱਚ ਦਾਣੇ ਕੱਢਦੇ। ਅਤੇ ਕਹਿੰਦੇ ਕਈ ਸਾਲ ਹੋ ਗਏ ਉਸ ਬੀਬੀ ਦੇ ਘਰੋਂ ਦਾਣੇ ਨਹੀਂ ਖਤਮ ਹੋਏ। ਇੱਕ ਦਿਨ ਬੀਬੀ ਦੇ ਜ਼ਿਹਨ ਦੇ ਵਿੱਚ ਇੱਕ ਗੱਲ ਆਈ ਕਿ ਡਰੰਮ ਦਾ ਢੱਕਣ ਖੋਲ੍ਹ ਕੇ ਦੇਖਾਂ ਤਾਂ ਸਹੀ ਕਿ ਦਾਣੇ ਕਿੰਨੇ ਨੇ। ਅਤੇ ਜਦੋਂ ਇੰਨੀ ਗੱਲ ਹੋਈ, ਉਹ ਢੱਕਣ ਖੋਲ੍ਹਿਆ ਅਤੇ ਦਾਣੇ ਆਉਣੇ ਬੰਦ ਹੋ ਗਏ, ਵਿੱਚ ਕੋਈ ਵੀ ਦਾਣਾ ਨਹੀਂ ਸੀ। ਤੋ ਬੀਬੀ ਨੱਠੀ ਗਈ ਸਰਕਾਰ ਦੇ ਦਰਬਾਰ 'ਤੇ, ਕਹਿੰਦੇ ਸਰਕਾਰ ਜੀ ਅੱਜ ਮੇਰੇ ਤੋਂ ਗੁਸਤਾਖੀ ਹੋ ਗਈ, ਗਲਤੀ ਹੋ ਗਈ, ਮੇਰੀ ਮਾਫ਼ੀ ਦੇ ਦਿਓ ਕਿ ਮੈਂ ਡਰੰਮ ਦਾ ਢੱਕਣ ਖੋਲ੍ਹ ਕੇ ਦੇਖ ਲਿਆ, ਉਹਦੇ ਵਿੱਚ ਕੋਈ ਵੀ ਦਾਣਾ ਨਹੀਂ ਸੀ, ਤੁਸੀਂ ਕਿਹਾ ਸੀ ਇਹ ਦਾਣੇ ਕਦੀ ਨਹੀਂ ਮੁੱਕਣਗੇ। ਪਰ ਕਹਿੰਦੇ ਬੀਬੀ ਅਸੀਂ ਤੈਨੂੰ ਨਾਲ ਇਹ ਵੀ ਕਿਹਾ ਸੀ ਕਿ ਇਹਦਾ ਢੱਕਣ ਖੋਲ੍ਹ ਕੇ ਕਦੀ ਨਾ ਦੇਖੀ, ਅਤੇ ਤੂੰ ਸਾਡੀ ਕਹੀ ਹੋਈ ਗੱਲ ਦੀ ਉਲੰਘਣਾ ਕੀਤੀ ਹੈ, ਸਾਡੇ ਵਾਕ 'ਤੇ ਸਾਡੇ ਬਚਨ 'ਤੇ ਪੱਕੀ ਨਹੀਂ ਰਹੀ, ਅਤੇ ਤੂੰ ਆਪਣੇ ਉਹ ਸਾਰੀ ਉਮਰ ਦਾ ਰਿਜ਼ਕ ਜਿਹੜਾ ਉਹ ਗਵਾ ਲਿਆ। ਤੋ ਇਹ ਗੱਲ ਹੈ ਜੋ ਪੀਰਾਂ ਫਕੀਰਾਂ ਦੇ ਬਚਨ ਜੋ ਬੋਲ ਨੇ, ਅਗਰ ਜੇ ਆਪਾਂ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਉਤਾਰ ਲਈਏ, ਉਹਨਾਂ ਦੇ ਹਿਸਾਬ ਨਾਲ ਚੱਲ ਪਈਏ, ਤਾਂ ਆਪਾਂ ਨੂੰ ਕੋਈ ਵੀ ਦੁਨੀਆ ਦੀ ਤਾਕਤ ਕਦੀ ਵੀ ਹਰਾ ਨਹੀਂ ਸਕਦੀ। ਤੋ ਇਹ ਅੱਜ ਦਾ ਨਿੱਕਾ ਜਿਹਾ ਕਿੱਸਾ ਆਪ ਜੀ ਨਾਲ ਸਾਂਝਾ ਕੀਤਾ। ਆਸ ਕਰਾਂਗਾ ਕਿ ਆਪ ਨੂੰ ਇਹ ਕਿੱਸਾ ਜ਼ਰੂਰ ਪਸੰਦ ਆਇਆ ਹੋਵੇਗਾ। ਤੋ ਜੋ ਦੋਸਤ ਨਵੇਂ ਨੇ, ਇਹ ਸਾਡੇ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੀ। ਤੋ ਹਰ ਰੋਜ਼ ਅਸੀਂ ਕੁਝ ਨਾ ਕੁਝ ਤੁਹਾਡੇ ਲਈ ਨਵਾਂ ਫਕੀਰੀ ਰੰਗ ਦੇ ਵਿੱਚੋਂ ਇੱਕ ਨਵਾਂ ਰੰਗ ਲੱਭ ਕੇ ਸ਼ੇਅਰ ਕਰਦੇ ਰਹਿੰਦੇ ਹਾਂ ਜੀ। ਤੋ ਆਸ ਕਰਾਂਗਾ ਕਿ ਆਪ ਜੀ